कोई बहुत वड्डा ट्राला ते रफ्तार आया ते उन्ने वो ट्राली नू साइड मारी, उहदे नाल ट्राली उल्ट गई आ ते पिछों कोई होर भी एक ट्रक वाला जिहड़ा आ के चढ़ गया उत्ते। वो बहुत ही दर्द भरी घटना होई है। आ रहे थे दरबार साहब यात्रा से आए थे तो पिछों ट्रक आ रहा सीगा, वो पूरी तेज सीगा भी बस उन्हें तो इदा मरिया साढ़े जी भी जिमें उन्हें जान के मरिया होंगे गा, फुल तेज सीगा 100-200 स्पीड होनी है बैठा जमा इदा नहीं आप कह सकते हाँ भी जहाँ सुता सीगा, बस इदा सीगा भी बस मैं ये वेख्या भी आ गया, बस इदा ही सीगा सानू भी एक मुंडे ने वेख्या सीगा उदी, बस उस बाद नहीं पता लगे भी की हो। अंबरसर चले सीगे नहाउण वास्ते, पिंड दे काफ़ी मुंडे सी इकट्ठे हो गए ट्रैक्टर ते आउंदे, तरन तारण दे पिछे टोल तो पिछे एक्सीडेंट होया, इन्हां दा ट्राला वज्जा विच मगरों दो तीन मुंडे की डैथ हो गई हैगी, है कि 15-16 मुंडे है। ये अंबरसर चले सीगे नहाउण वास्ते, पिंड दे काफ़ी मुंडे ही इकट्ठे हो गए ट्रैक्टर ते आउंदे, तरन तारण दे पिछे टोल तो पिछे एक्सीडेंट होया, इन्हां दा ट्राला वज्जा विच मगरों, ट्रैक्टर ट्राले ते सीगे उत्थे ही दो तीन मुंडे की डैथ हो गई हैगी, दूजे को अंबरसर हॉस्पिटल दाखिल कुछ इत्थे आ तरन तारण, है कि 15-16 मुंडे है। ਪਿੰਡ ਗੰਦਾਰਾ ਆਈ ਗੰਦਾਰਾ ਬਰਗਾੜੀ ਬਰਗਾੜੀ ਕੋਲੇ ਫਰੀਦਕੋਟ ਡਿਸਟ੍ਰਿਕਟ। ਅੱਛਾ ਜੀ, ਹਾਂਜੀ ਅੰਮ੍ਰਿਤਸਰ ਜਾ ਰਹੇ ਸਾਡੇ ਬੰਦੇ ਕੋਲ ਅੰਮ੍ਰਿਤਸਰ ਐਡਮਿਟ ਆ ਜੀ ਉੱਥੇ ਜੀ, ਗੰਦਾਰੇ ਪਿੰਡ ਤੋਂ ਆ ਰਹੇ ਸੀਗੇ ਸ਼੍ਰੀ ਹਰਿਮੰਦਰ ਸਾਹਿਬ ਜਾ ਰਹੇ ਸੀਗੇ ਦਰਬਾਰ ਸਾਹਿਬ ਯਾਤਰਾ 'ਤੇ ਆਏ ਸੀਗੇ ਅਤੇ ਪਿੱਛੋਂ ਟਰੱਕ ਆ ਰਿਹਾ ਸੀਗਾ, ਉਹ ਪੂਰੀ ਤੇਜ਼ ਸੀਗਾ ਵੀ ਬਸ ਉਹਨੇ ਤਾਂ ਇੱਦਾਂ ਮਾਰਿਆ ਸਾਡੇ 'ਚ ਵੀ ਜਿਵੇਂ ਉਹਨੇ ਜਾਣ ਕੇ ਮਾਰਿਆ ਹੁੰਦਾ ਗਾ, ਫੁੱਲ ਤੇਜ਼ ਸੀਗਾ 100-200 ਸਪੀਡ ਹੋਣੀ ਹੈ ਉਹ ਜੀ, ਬੈਠਾ ਜਮਾਂ ਇੱਦਾਂ ਨਹੀਂ ਆਪਾਂ ਕਹਿ ਸਕਦੇ ਹਾਂ ਵੀ ਜਾਂ ਸੁੱਤਾ ਸੀਗਾ, ਬਸ ਇੱਦਾਂ ਸੀਗਾ ਵੀ ਬਸ ਮੈਂ ਐਂ ਵੇਖਿਆ ਵੀ ਆ ਗਿਆ, ਬਸ ਇੱਦਾਂ ਹੀ ਸੀਗਾ ਸਾਨੂੰ ਵੀ ਇੱਕ ਮੁੰਡੇ ਨੇ ਵੇਖਿਆ ਸੀਗਾ ਉਦੋਂ, ਬਸ ਉਦੋਂ ਬਾਅਦ ਨਹੀਂ ਸਾਨੂੰ ਪਤਾ ਲੱਗਿਆ ਵੀ ਕੀ ਹੋਇਆ। 15 ਬੰਦੇ ਸੀਗੇ ਜੀ, ਜ਼ਖਮੀ ਵੀ ਸਾਰੇ ਜ਼ਖਮੀ ਹੋਏ ਹੈਗੇ ਸੱਟਾਂ ਸਾਰਿਆਂ ਦੀ। ਹਾਂਜੀ ਹਾਂਜੀ, 3 ਬੰਦੇ ਦੀ ਡੈਥ ਹੋਈ ਹੈ, ਇੱਕ ਸੀਰੀਅਸ ਆ ਜੀ। ਹਾਂਜੀ, ਇੱਕ ਦਾ ਨਾਂ ਮਨਪ੍ਰੀਤ ਸੀ, ਇੱਕ ਦਾ ਨਾਂ ਜੀ ਗੁਰਭੇਜ ਸੀ, ਇੱਕ ਦਾ ਨਾਂ ਕਾਲਾ ਸੀਗਾ ਜੀ, ਇੱਕ ਬਾਂਦਰਾਂ ਤੋਂ ਸੀਗਾ ਜੀ, 2 ਗੰਦਾਰਿਆਂ ਤੋਂ ਸੀ। ਹਾਂਜੀ ਦੱਸਿਓ ਜੀ ਉਹਨੂੰ, ਇੱਕ ਗੁਰਭੇਜ ਸਿੰਘ, ਠੀਕ, ਇੱਕ ਦਾ ਨਾਂ ਸੀ ਮਨਪ੍ਰੀਤ ਸਿੰਘ, ਇੱਕ ਦਾ ਨਾਂ ਸੀਗਾ ਕਾਲਾ। ਟਰੈਕਟਰ 'ਤੇ ਆ ਰਹੇ ਸੀਗੇ ਜੀ, ਪਿੱਛੋਂ ਟਰਾਲੇ 'ਚ ਮਾਰਿਆ ਉਹਨਾਂ। ਹਾਂਜੀ ਹਾਂਜੀ, ਜਿਹੜਾ ਗੁਰੂ ਖਾਲਸਾ ਕਾਲਜ ਨਹੀਂ ਲੜਕੀਆਂ ਵਾਲਾ ਸਰਹਾਲੀ। ਸਰ ਇੰਝ ਆ ਵੀ ਕੱਲ੍ਹ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਅਤੇ ਉੱਥੋਂ 7:30 ਵਜੇ 15-16 ਬੱਚੇ ਮੀਨਸ ਯੂਥ ਵੀ 20-30 ਸਾਲ ਦੀ ਉਮਰ ਦੇ ਜਿਹੜੇ, ਇਹ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਟਰਾਲੀ 'ਚ ਨਿਕਲੇ ਆ ਅਤੇ ਰਸਤੇ 'ਚ ਖਾਣਾ ਵਾਣਾ ਖਾਧਾ, ਫਿਰ 1:30 ਵਜੇ ਜਦੋਂ ਸਰਹਾਲੀ ਕਾਲਜ ਦੇ ਕੋਲ ਪਹੁੰਚੇ ਆ ਤਾਂ ਪਿੱਛੋਂ ਕੋਈ ਬਹੁਤ ਵੱਡਾ ਟਰਾਲਾ ਤੇਜ਼ ਰਫ਼ਤਾਰ ਆਇਆ ਅਤੇ ਉਹਨੇ ਉਹ ਟਰਾਲੀ ਨੂੰ ਸਾਈਡ ਮਾਰੀ ਹੈ, ਉਹਦੇ ਨਾਲ ਟਰਾਲੀ ਉਲਟ ਗਈ ਆ ਅਤੇ ਪਿੱਛੋਂ ਕੋਈ ਹੋਰ ਵੀ ਇੱਕ ਟਰੱਕ ਵਾਲਾ ਜਿਹੜਾ ਆ ਕੇ ਚੜ੍ਹ ਗਿਆ ਉੱਤੇ। ਉਹ ਬਹੁਤ ਹੀ ਦਰਦ ਭਰੀ ਘਟਨਾ ਹੋਈ ਹੈ ਵੀ 3 ਜਾਣਿਆਂ ਦੀ ਡੈਥ ਹੋ ਗਈ ਆ, ਉਹਨਾਂ 'ਚੋਂ 2 ਦੀ ਤਾਂ ਮੌਕੇ 'ਤੇ ਡੈਥ ਹੋ ਗਈ, ਉਹ ਡੈਡ ਬੋਡੀ ਜਿਹੜੀਆਂ ਸਾਡੀ ਮੋਰਚਰੀ 'ਚ ਪਈਆਂ, ਇੱਕ ਸੀਰੀਅਸ ਸੀਗਾ ਐਂਡ ਉਹ ਦੈਟ ਗਾਈ ਹੀ ਡਾਈਡ ਔਨ ਦਾ ਵੇ ਟੂ ਅੰਮ੍ਰਿਤਸਰ, ਉਹਦੀ ਅੰਮ੍ਰਿਤਸਰ 'ਤੇ ਜਾਂਦੇ ਆ ਉਹ ਬੋਡੀ ਉੱਥੇ ਅੰਮ੍ਰਿਤਸਰ ਮੌਚੜੀ 'ਚ। ਬਾਕੀ ਜਿਹੜੇ 12-13 ਕੁਛ ਹੋਰ ਜ਼ਖਮੀ ਸੀਗੇ ਉਹਨਾਂ ਨੂੰ 3:30 ਵਜੇ ਸਾਡੇ ਹਸਪਤਾਲ ਲੈ ਕੇ ਆਏ ਆ। 8 ਜਾਣਿਆਂ ਨੂੰ ਅਸੀਂ ਅੰਮ੍ਰਿਤਸਰ ਰੈਫਰ ਕੀਤਾ, ਉਹਨਾਂ 'ਚੋਂ 1 ਦੀ ਹਾਲਤ ਸੀਰੀਅਸ ਸੀ, 7 ਜਾਣਿਆਂ ਦੇ ਮਲਟੀਪਲ ਇੰਜਰੀ ਸੀਗੀਆਂ ਅਤੇ ਉਹਨਾਂ ਨੂੰ ਫਿਰ ਹਾਇਰ ਇੰਸਟੀਟਿਊਸ਼ਨ 'ਚ ਰੈਫਰ ਕੀਤਾ ਗਿਆ। 4 ਮਰੀਜ਼ ਸਾਡੇ ਕੋਲ ਦਾਖਲ ਹੈ, ਉਹ ਸਟੇਬਲ ਨੇ, ਉਹਨਾਂ ਦੇ ਐਕਸਰੇ ਅਤੇ CT ਸਕੈਨ ਵਗੈਰਾ ਜਿੰਨਾ ਦੀ ਜ਼ਰੂਰਤ ਹੈ ਉਹ ਅਸੀਂ ਕਰਵਾ ਰਹੇ ਹਾਂ। ਟੋਟਲ ਜ਼ਖਮੀ ਤਾਂ ਆਏ ਜੀ 12, ਜਿਨ੍ਹਾਂ 'ਚੋਂ 8 ਅਸੀਂ ਅੰਮ੍ਰਿਤਸਰ ਭੇਜੇ, 4 ਸਾਡੇ ਕੋਲ ਦਾਖਲ ਨੇ,
तीन जने की डैथ हुई है। मेहनत मेरी रहमत खुदा दी मुसलमानी रूहानी अते काले इलम दे माहर मौलाना अब्दुल जी संपर्क करो 76967 96 275 चमत्कार होंदे देखो अपनी अखां सामने 100% गारंटी नाल पाओ हर परेशानी दा हल पति पत्नी च झगड़ा सौतन दुश्मन तो छुटकारा तलाक केस विदेश च पक्का होना जादू टूणे अते कीते किराए दा खात्मा गुप्त वशीकरण करवाओ मन चाह प्रेमी प्रेमिका अपने वस विच करो लाटरी नंबर पाओ 649 होवे चार लोटो मैक्स प्यार च धोखा खा चुके प्रेमी प्रेमिका एक बार जरूर संपर्क करो मैं तुहाडा प्यार टुटन नहीं देवांगा संपर्क करो मौलाना अब्दुल जी 76967 96 275